ਕਿਸਾਨ ਜਥੇ ਬੰਦੀ ਦੇ ਵੱਲੋਂ ਹੜਤਾਲ ਦੇ ਚੱਲਦੇ ਨੰਗਲ ਅਨੰਦਪੁਰ ਸਾਹਿਬ ਨੂਰਪੁਰ ਬੇਦੇ ਚ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਅਤੇ ਨਾਰੇਬਾਜ਼ੀ ਕੀਤੀ ਗਈ। ਸੜਕਾਂ ਤੇ ਖੜੇ ਹੋ ਕੇ ਕਿਸਾਨ ਜਥੇਬੰਦੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਸ਼ਹਿਰ ਚ ਦੁੱਧ ਅਤੇ ਸਬਜ਼ੀ ਦੀ ਸਪਲਾਈ ਨੂੰ ਰੋਕ ਦਿੱਤਾ। ਦੁੱਧ ਵਾਲਿਆਂ ਨੂੰ ਰੋਕ ਕੇ ਦੁੱਧ ਸੜਕ ਤੇ ਸੁੱਟ ਦਿੱਤਾ ਗਿਆ। ਉਧਰ ਕਿਸਾਨ ਅਤੇ ਦੁੱਧ ਵਾਲਿਆਂ ਦੇ ਵਿਚਕਾਰ ਧਰਨਾ ਪ੍ਰਦਰਸ਼ਨ ਨੂੰ ਲੈ ਕੇ ਬਹਿਸ ਵੀ ਹੋਈ। ਸਾਰੇ ਵਿਰੋਧ ਪ੍ਰਦਰਸ਼ਨ ਤੇ ਘਟਨਾਕ੍ਰਮ ਚ ਪੁਲਿਸ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸੀ। ਕੋਈ ਨਹੀਂ ਹੈ, ਆਪਣੇ ਬੰਦਿਆਂ ਨੂੰ ਸਭ ਪਤਾ ਹੈ, ਆਪਣੇ ਪਿੰਡਾਂ ਦਾ ਵੀ ਦੁੱਧ ਘਰਾਂ ਚ ਪਿਆ ਹੈ, ਸਭ ਬੰਦ ਹੈ, ਸੁਸਾਇਟੀਆਂ ਡੈਰੀਆਂ ਸਭ ਬੰਦ ਹੈ, ਪਿੰਡਾਂ ਚ ਵੀ ਲੋਕਾਂ ਦਾ ਘਰੇ ਪਿਆ ਜੀ ਦੁੱਧ। ਹਾਲ ਦੀ ਘੜੀ ਨਹੀਂ ਜਾਣ ਦਵਾਂਗੇ, ਬਾਕੀ ਉਹਨਾਂ ਨੂੰ ਵਾਰਨਿੰਗ ਵੀ ਦੇ ਰਹੇ ਹਾਂ ਅਸੀਂ ਠੀਕ ਤੱਕ ਜੀ। ਨੰਗਲ ਤੋਂ ਪਵਰਾਂ ਦੀ ਰਿਪੋਰਟ, ਚੈਨਲ 2।